ਕਿੱਦਾਂ ਦਾ ਮਾਹੌਲ ਆ ਪਹਿਲੀ ਵਾਰੀ ਬਟਾਲੇ ਪਹੁੰਚੇ? ਦੇਖੋ ਮਾਹੌਲ ਸਾਰੇ ਪਿਆਰ ਸਤਿਕਾਰ ਬਹੁਤ ਦੇ ਰਹੇ ਬਟਾਲੇ ਵਿੱਚ, ਮੈਂ ਇਹਨਾਂ ਦਾ ਤਹਿ ਦਿਲੋਂ ਸ਼ੁਕਰਗੁਜ਼ਾਰ ਹਾਂ। ਮੈਂ ਨਾ ਸਾਰੇ ਬਟਾਲੇ ਨੂੰ ਚੁੱਕ ਕੇ ਸਲਾਮ ਕਰਦਾ ਜੀ। ਇਹ ਬਟਾਲੇ ਦੀ ਧਰਤੀ ਨੂੰ ਮੈਂ ਨਮਸਕਾਰ ਕੀਤਾ, ਜਿੰਨੇ ਮੇਰੇ ਵੀਰ ਭਰਾ ਮੈਂ ਸਾਰਿਆਂ ਨੂੰ ਪੈਰੀ ਪਣਾ ਕੀਤਾ ਜੀ। ਇਹ ਬਟਾਲੇ ਧਰਤੀ ਜਿੱਥੋਂ ਤੱਕ ਹੈਗੀ ਆ, ਇਹ ਮੈਂ ਆਪਣਾ ਮੱਥਾ ਧਰਤੀ ਨਾਲ ਲਾ ਕੇ ਸਾਰਿਆਂ ਨੂੰ ਪੈਰੀ ਪਣਾ ਕਰਤਾ ਜੀ। ਪਾਰਟੀ ਵੱਲੋਂ ਚੋਣ ਲੜਾ ਰਹੇ ਨੇ, ਦੇਖੋ ਬੇਗਮਪੁਰਾ ਸਾਂਝਾ ਫਰੰਟ ਅਤੇ ਸਾਡੀ ਇੰਟਰਨੈਸ਼ਨਲ ਪਾਰਟੀ, ਉਹ ਵੀ ਉਹ ਜਿਹੜਾ ਸਾਰੇ ਪਾਸੇ ਆਪਾਂ ਨਾਲ ਜਿੱਥੇ ਕਹਿਣਗੇ। ਇਹਨਾਂ ਨੂੰ ਕੀ ਬਣਾਉਣ ਲੱਗੇ ਤੇ ਆਪ ਕਿਹੜਾ ਉਹਦਾ ਲੋਕ? ਦੇਖੋ ਫਿਲਹਾਲ ਤਾਂ ਜੇ ਅਸੀਂ ਜਿਹੜੀ ਸੀਟ ਲੜ ਰਹੇ ਹਾਂ ਉਹ ਤੁਹਾਨੂੰ ਪਤਾ MP ਦੀ ਸੀਟ ਹੈ, ਅਤੇ ਉਹ ਇਹਨਾਂ ਨੂੰ ਸੀਟ ਜਿੱਤ ਕੇ ਦੇਣੀ ਆ। ਇਹ ਜਿੱਤਣਗੇ ਅਤੇ ਤਾਂ ਹੀ ਸਾਡੇ ਬਟਾਲੇ ਦੇ ਕੰਮ ਹੋਣਗੇ, ਨਹੀਂ ਤਾਂ ਬਟਾਲਾ ਬਹੁਤ ਪਿੱਛੇ ਹੈ। ਇੱਕ ਸ਼ਰੀਫ ਬੰਦਾ, ਬਹੁਤ ਸ਼ਰੀਫ ਬੰਦਾ ਯਾਰ, ਜਿਹੜਾ ਰੱਬ ਰੂ ਬੰਦਾ ਯਾਰ, ਮੈਂ ਇੱਦਾਂ ਦੇ ਬੰਦੇ ਦੇ ਪੈਰੀ ਹੱਥ ਲਾਉਂਦਾ ਯਾਰ। ਆਪਾਂ ਦੇਖੋ ਜੀ, ਆਪਾਂ ਨਹੀਂ ਬਿਨਾ ਜੀ ਮੇਰੀ ਗੱਲ ਸੁਣੋ, ਤੁਸੀਂ ਵੱਡੇ ਭਰਾ ਸਾਡੇ ਯਾਰ, ਗੱਲ ਇਹ ਨਹੀਂ ਗਾ ਹਾਰ ਜਿੱਤ ਦੀ, ਹਾਰ ਜਿੱਤ ਇਨਸਾਨ ਦੀ ਹੁੰਦੀ ਆ, ਹਾਰ ਜਿੱਤ ਇਨਸਾਨ ਦੀ ਹੁੰਦੀ ਆ। ਦੇਖਣ ਵਾਲਾ ਬਾਹਰ ਤੇ ਇੰਜੋਏ ਕਰਦਾ ਨਾ, ਜਿਹੜਾ ਵਿੱਚ ਲੜਦਾ ਨਾ ਉਹਨੂੰ ਪਤਾ ਹੁੰਦਾ ਕੀ ਪਿੱਛੇ ਕਿਹਾ ਕਿ ਪ੍ਰਧਾਨ ਮੰਤਰੀ ਬਣਨ ਲੱਗੇ ਹੋ ਤੁਸੀਂ? ਨਹੀਂ, ਮੈਂ ਕਦੋਂ ਕਿਹਾ ਪ੍ਰਧਾਨ? ਮੈਂ ਕਿਹਾ ਮੈਂ ਸੁਪਨਾ ਰੋਜ਼ ਦੇਖਦਾ, ਮੈਂ ਪ੍ਰਧਾਨ ਮੰਤਰੀ ਬਣ ਗਿਆ ਅਤੇ ਹਰ ਵਾਰੀ ਹੁਣ ਮੈਨੂੰ ਸਿਰਫ 4 ਘੰਟੇ ਵਾਸਤੇ ਬਣਾਉਂਦਾ, ਮੈਨੂੰ ਵੱਧ ਟਾਈਮ ਚਾਹੀਦਾ ਨਹੀਂ, 5 ਘੰਟੇ ਵੀ ਨਹੀਂ ਚਾਹੀਦੇ, ਸਿਰਫ 4 ਘੰਟੇ ਆਉਣ ਲੱਗ ਗਿਆ। ਕਰਨਾ 4 ਘੰਟੇ ਬਣ ਗਿਆ ਉਹ ਪ੍ਰਧਾਨ ਮੰਤਰੀ ਜੀ ਕਹਿੰਦੇ ਇਸ ਵਾਰ, ਉਹ ਕਹਿੰਦੇ ਨਾ 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 ਨੀਟੂ ਸ਼ਟਰਾਂ ਨੂੰ ਬਣਾਈ, ਬੜਾ ਹਰਮੀ ਬੰਦਾ, ਉਹਨੂੰ ਉਤਰਨਾ ਨਹੀਂ ਹੈਗਾ, ਦੁਨੀਆ ਕਹਿ ਰਹੀ ਹੈ, ਪਰ ਜੇ ਮੈਨੂੰ ਮੈਂ ਬਣ ਗਿਆ ਮੈਂ ਨਹੀਂ ਉਤਰਨਾ, ਫਿਰ ਮੈਂ ਕੰਮ ਇੱਦਾਂ ਦਾ ਕਰਕੇ ਦਿਖਾਊਂਗਾ, ਪੂਰਾ ਭਾਰਤ ਦੇਸ਼ ਇੰਡੀਆ ਅਮੀਰ ਕਰ ਦੇਣਾ ਮੈਂ। ਟੋਲ ਟੈਕਸ ਵੀ ਮਾਫ ਕਰਾਓਗੇ? ਮੈਂ ਕਿਹਾ ਸਭ ਟੋਲ ਟੈਕਸ ਉੱਡੇ ਨਜ਼ਰ ਆਉਣਗੇ ਤੁਹਾਨੂੰ ਇੰਡੀਆ। ਦੇਖੋ ਜੇ ਮੈਂ MP ਬਣ ਗਿਆ, ਲਾਈਵ ਕਹਿ ਰਿਹਾ ਵੀ ਇੱਕ ਕੈਮਰਾ ਕਰ ਰਿਹਾ, ਜੇ ਮੈਂ ਇੱਕ ਪਹਿਲੇ ਦਿਨ ਜਿੱਤਾਂਗਾ, ਦੂਜੇ ਦਿਨ ਤੁਹਾਡੀ ਵੋਟਾਂ ਦਾ ਮੁੱਲ ਮੋੜ ਦਾਂਗਾ। ਅਗਰ ਨਾ ਮੋੜ ਸਕਿਆ ਨਾ, ਮੇਰੇ ਜੁੱਤੀਆਂ ਟਮਾਟਰ ਛਿੱਤਰ ਜੋ ਮਰਜ਼ੀ ਮਾਰੇ, ਪੁਲਿਸ ਨਹੀਂ ਹੋਏਗੀ ਨਾਲ ਮੇਰੇ, ਕਿਉਂਕਿ ਮੈਂ ਆਪਣੀ ਜ਼ਬਾਨ ਤੋਂ ਚੁੱਪ ਸ਼ਾਂਤ ਰੱਖ ਭਾਈ ਇੱਕ ਮਿੰਟ, ਮੈਂ ਇਹ ਗੱਲ ਸੱਚ ਕਹਿ ਰਿਹਾ। ਕੈਮਰੇ ਆਉਣ, ਜਿੰਨੇ ਜਿੰਨੇ ਮੈਨੂੰ ਵੋਟ ਪਾਊਗਾ ਨਾ, ਉਹ ਬੰਦਾ ਇੰਨੀ ਗੱਲ ਕਹੂਗਾ ਮੈਂ ਨੀਟੂ ਸ਼ਟਰ ਨਾਲ ਵੋਟ ਪਾਈ ਸੀ, ਮੇਰਾ ਮੁੱਲ ਨੀਟੂ ਸ਼ਟਰ ਨਾਲ ਮੋੜ ਦਿੱਤਾ, ਮੈਂ ਕੋਲ ਹੁਣ ਕੋਈ ਉਮੀਦ ਰੱਖਦਾ, ਪਰ ਜੇ ਉਹਨੇ ਇਹ ਕੰਮ ਕਰ ਦਿੱਤੇ ਅੱਗੇ ਜਾ ਕੇ ਪਤਾ ਨਹੀਂ ਕਿਹੜੇ ਕੰਮ ਕਰਨੇ ਆ। ਚਲੋ ਇੱਕ ਵਾਰੀ ਵਿਨੇ ਮਾਇਨ ਨਾਲ ਗੱਲ ਕਰਦੀ, ਫਿਰ ਤੁਹਾਡੇ ਨਾਲ ਗੱਲ ਕਰਦੇ। ਵਿਨੇ ਜੀ, ਅੱਜ ਨੀਟੂ ਸ਼ਟਰਾਂ ਵਾਲੇ ਆਏ ਤੁਹਾਡੇ ਸਮਰਥਕ ਬਣ ਕੇ, ਕਿਹੜੇ ਮੁੱਦੇ ਰਹਿਣਗੇ ਲੋਕ ਸਭਾ ਹਲਕਾ ਗੁਰਦਾਸਪੁਰ ਦੇ ਬਟਾਲੇ ਦੇ ਲੋਕਾਂ ਨੂੰ ਕੀ ਕਹੋਗੇ? ਇਸ ਜ਼ਿਲ੍ਹਾ ਗੁਰਦਾਸਪੁਰ ਨੂੰ ਜਿੱਦਾਂ ਅੰਮ੍ਰਿਤਸਰ ਹੈਰੀ ਸਿਟੀ ਹੈ, ਇਸ ਤਰ੍ਹਾਂ ਬਣਾਇਆ ਜਾਏਗਾ। ਮਤਲਬ ਕਿ ਮੇਰੀ ਐਫਰਟਸ ਇਹੀ ਹੈਗੀ ਹੈ ਕਿ ਮਤਲਬ ਕਿ ਇਹਨੂੰ ਬਿਲਕੁਲ ਇਸ ਡਿਵੈਲਪਮੈਂਟ ਕੀਤਾ ਜਾਏ, ਤਾਂ ਕਿ ਲੋਕ ਕਿਸੇ ਕੋਲ ਭੀਖ ਨਾ ਮੰਗੇ, ਕਿ ਮਤਲਬ ਕਿ ਇੰਨੀ ਕੁ ਡਿਵੈਲਪਮੈਂਟ ਹੋਣੀ ਚਾਹੀਦੀ ਹੈ, ਕਿ ਮਤਲਬ ਕਿ ਸੈਂਟਰੀ ਮਤਲਬ ਕਿ ਇਹ ਪਾਵਰ ਜਦੋਂ ਆ ਜਾਂਦੀ ਹੈਗੀ ਨਾ, ਕਿ ਬੰਦਾ ਕਾਬਲ ਹੈ ਤਾਂ ਬੜਾ ਕੁਝ ਕਰ ਸਕਦਾ ਹੈਗਾ ਵਾ। ਅੱਜ ਕਿੰਨੇ ਕੁ ਲੋਕਾਂ ਦਾ ਸਮਰਥਨ ਮਿਲਿਆ ਤੁਹਾਨੂੰ? ਸਾਰੀ ਦੁਨੀਆ ਕਿੰਨੇ ਦਿਨਾਂ ਤੋਂ, ਕਾਫੀ ਸਾਲਾਂ ਤੋਂ ਲੋਕ ਮਗਰ ਲੱਗੇ ਦੇ ਆ, ਲੋਕ ਕਹਿੰਦੇ ਕਿ ਅਸੀਂ ਤੁਹਾਡੇ ਨਾਲ ਐਪਰੀਸ਼ੀਏਟ ਕਰਦੇ ਆ, ਇਹਨਾਂ ਨੇ ਕਨਵਿੰਸ ਅਤੇ ਪ੍ਰੈਸ਼ਰਾਈਜ਼ ਕਰਨ ਦੇ ਉੱਤੇ ਲੋਕਾਂ ਨੇ, ਮੈਂ ਤੇ ਕਹਿੰਦਾ ਨਹੀਂ, ਇਹਨਾਂ ਨੇ ਕਿਹਾ ਕਿ ਨਹੀਂ ਨਹੀਂ ਇੱਕ ਗੁਰੂ ਕੋ ਆਪਣੇ ਨਾਲ ਲੱਗ ਕੇ ਜੱਫੀ ਪਾਓ ਅਤੇ ਫਿਰ ਗੱਲ ਕਰਦੇ ਹਾਂ। ਨੀਟੂ ਸ਼ਟਰਾਂ ਵਾਲੇ ਹੁਣੀ ਫਿਰ ਸਾਡੇ ਨਾਲ ਮੌਜੂਦ ਆ। ਨੀਟੂ ਜੀ, ਇਹਨਾਂ ਦੇ ਚੋਣ ਪ੍ਰਚਾਰ 'ਚ ਕੌਣ ਕੌਣ ਆ ਰਿਹਾ? ਦੇਖੋ ਜਿੰਨੇ ਮੇਰੇ ਬਾਲੀਵੁੱਡ ਦੇ ਸਟਾਰ ਆ, ਮੈਂ ਤੁਹਾਨੂੰ ਇੱਕ ਗੱਲ ਹੋਰ ਦੱਸਾਂ, ਜਿੰਨੇ ਮੇਰੇ ਬਾਲੀਵੁੱਡ ਦੇ ਸਟਾਰ ਆ ਸਾਰੇ ਮੈਂ ਲੈ ਕੇ ਆਊਂਗਾ, ਸਾਰੇ ਜਿੰਨੇ ਵੀ ਹੈਗੇ ਆ, ਜਿੰਨੇ ਵੀ ਹੋਣਗੇ ਸਾਰੇ ਆਉਣਗੇ। ਨੀਟੂ ਸ਼ਟਰਾਂ ਵਾਲਾ ਅੱਜ ਵਿਨੇ ਮਹਾਜਨ ਨੂੰ ਟਿਕਟ ਦੇਣ ਆਇਆ, ਤਸਵੀਰ ਦੇਖ ਲਓ ਕਿ ਨੌਜਵਾਨਾਂ ਦਾ ਵੱਡਾ ਹਜੂਮ ਹੈ। ਕੈਮਰਾਮੈਨ ਬੰਟੀ ਦੇ ਨਾਲ ਨਿਊਜ਼ 18 ਪੰਜਾਬ ਲਈ ਨਿਤਿਨ ਲੂਥਰਾ ਬਟਾਲਾ।